ਦੋਸਤੋ ਤੁਹਾ ਦਾ ਸਾਰਾ ਨ ਸਵਾਗਤ ਹੈ ਆਪਣੇ YouTube ਚੈਨਲ H ਕਪੜੇ ਤੇ ਅੱਜ ਅਸੀਂ ਤੁਹਾਹਦੇ ਲਈ ਜੋ ਤੁਹਾ ਦਾ 14 ਜਨਵਰੀ ਨੂੰ 7ਵੀਂ ਜਮਾਤ ਪਹਾ ਜਾਂਦਾ ਸਵੰਤ ਜਿੰਦਗੀ ਦਾ ਜੋ ਪੇਪਰ ਆ ਉਹ ਸੀ ਲੈ ਕੇ ਆ ਚੁੱਕੇ ਹਾਂ ਵਿਦ ਅ ਫੁੱਲ ਸੋਲਵਰ ਤੇ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਹੋ ਤਾਂ ਆਪਣਾ ਚੈਨਲ H ਕਪੜੇ ਤੇ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਨੋਟੀਫਿਕੇਸ਼ਨ ਆਨ ਤੇ ਸੈੱਟ ਕਰ ਲਓ ਜਿਸ ਨਾਲ ਤੁਹਾਨੂੰ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲਦਾ ਰਹੇਗਾ ਤੇ ਚਲੋ ਆਪਾਂ ਵੀਡੀਓ ਦੇ ਵੱਲ ਵੱਧਦੇ ਆਂ ਪਹਿਲਾ ਦਿੱਤੇ ਦਿੱਤੇ ਹੋਏ ਵਿਕਲਪਾਂ ਵਿੱਚੋਂ ਸਹੀ ਉੱਤਰ ਚੁਣੋ ਪਹਿਲੇ ਆਹ ਤੋਂ ਚਾਰ ਕਰੋਬ ਦਿਨਾਂ ਚੰਗੀ ਆਦਤ ਚੁਣੋ ਇਹਦਾ ਸਸਾ ਫੋਜਨ ਫੋਜਨ ਤੇ ਪਾਣੀ ਦੀ ਕਦਰ ਕਰਨੀ ਅੱਗੇ ਦੂਸਰਾ ਜਦੋਂ ਮੈਨੂੰ ਕੋਈ ਬਤੰਦਰਾ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ ਪਹਿਲੀ ਆਪਸ਼ਨ ਹੈਗੀ ਹੈ ਜਾਣ ਬੁੱਝ ਕੇ ਹੋਰ ਗਲਤੀਆਂ ਕਰਨਾ ਅਗਿਆਰਾ ਆਪਣੇ ਆਪ ਵਿੱਚ ਸੁਧਾਰ ਕਰਨਾ ਈੜੀ ਰੋਣ ਲੱਗ ਜਾਣਾ ਚੌਥਾ ਸਸਾ ਉਪਰੋਕਤ ਸਾਰੇ ਇਹਦਾ ਸਹੀ ਆਏਗਾ ਅੜਾ ਆਪਣੇ ਆਪ ਵਿੱਚ ਸੁਧਾਰ ਕਰਨਾ ਅਗਿਆ ਗਿਆ ਤੀਸਾ ਜਦੋਂ ਵੀ ਮੇਰੇ ਮਾਤਾ ਜੀ ਮੇਰੇ ਲਈ ਖਾਣਾ ਬਣਾਉਂਦੇ ਹਨ ਤਾਂ ਮੈਂ ਦੇਸ਼ ਉਹ ਰਹੇਗਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਈੜੀ ਨੂੰ ਨੁਕਸ ਕਰਦਾ ਹ ਨੁਕਸ ਕਰਨ ਲੱਗ ਜਾਂਦਾ ਆੜਾ ਖਾਣਾ ਨਾ ਖਾਣ ਦੇ ਬਹਾਨੇ ਬਣਾਉਣਾ ਲੱਗਦਾ ਹ ਸਸਾ ਉਪਰੋਕਤ ਸਾਰੇ ਇਹਨਾਂ ਸਰੇਗਾ ਊੜਾ ਅਗਿਆ ਸਸਾ ਸੱਚੀ ਗੱਲ ਦੇ ਵਿੱਚ ਕਿਹੜਾ ਗੁਣ ਸ਼ਾਮਲ ਹੈ ਇਹਦਾ ਪਹਿਲਾ ਹੈਗਾ ਬੇਈਮਾਨੀ ਦੂਸਰਾ ਚੋਰੀ ਤੀਸਰਾ ਥੱਗੀ ਚੌਥੀ ਇਮਾਨਦਾਰੀ ਇਹਦਾ ਸਹੀ ਵੀ ਇਮਾਨਦਾਰੀ ਚੌਥਾ ਅੱਗੇ ਪੰਜਵਾਂ ਕੂੜਾ ਸੁੱਟਣ ਲਈ ਸਹੀ ਸਥਾਨ ਕਿਹੜਾ ਹੈ ਪਹਿਲਾ ਖੇੜੇ ਦਾ ਮੈਦਾਨ ਦੂਸਰਾ ਸੜਕ ਤੀਸਰਾ ਕੂੜਾਦਾਨ ਚੌਥਾ ਪਾਰਕ ਇਹਦਾ ਸਹੀ ਹੈਗਾ ਕੂੜੇਦਾਨ ਜਦੋਂ ਅਗਰੇ ਪ੍ਰੈਸ਼ਰ ਵੀ ਕਰਵਾ ਦੇਣਾ ਤੁਹਾਨੂੰ ਅੱਗੇ ਛੇਮਾ ਤਰਕਸਕਤ ਸੋਚ ਕੀ ਹੈ ਇਹਦਾ ਸਹੀ ਹੈਗਾ ਪਹਿਲਾ ਪਾਵ ਕੋ ਹੋ ਕੇ ਸੋਚਣਾ ਈੜੀ ਸਹੀ ਤੇ ਗਲਤ ਦਾ ਅਨੁਮਾਨ ਹੋਣਾ ਆੜਾ ਦਿਲ ਨਾਲ ਸੋਚਣਾ ਸਸਾ ਉਪਰਕਤ ਸਾਰੇ ਛਿੰਮੀ ਦਾ ਆਜੂਆ ਈੜੀ ਸਹੀ ਅਤੇ ਗਲਤ ਦਾ ਅਨੁਮਾਨ ਹੋਣਾ ਅੱਗੇ ਸੱਤਵਾਂ ਰਸਤੇ ਨਿਰਮਾਣ ਵਿੱਚ ਕਿਸ ਤਰ੍ਹਾਂ ਦੇ ਲੋਕ ਸੁਹਾਏ ਹੁੰਦੇ ਹਨ ਪਹਿਲਾ ਬੇਈਮਾਨ ਆੜਾ ਭ੍ਰਿਸ਼ਟਾਚਾਰ ਤੀਜੇ ਤੀਸਾ ਚੁੱਥੇ ਹੈਗਾ ਸੱਚੇ ਤੇ ਇਮਾਨਦਾਰ ਈਦਾਂ ਸਿਰ ਵੀ ਸੱਚੇ ਤੇ ਇਮਾਨਦਾਰਾ ਗਿਆਥਮਾ ਕਿਸੇ ਵੀ ਸੰਸਥਾ ਨੂੰ ਵਧੀਆ ਤੰਗਣਾ ਚਲਾਉਣ ਲਈ ਕਿਸੇ ਗਲਤੀ ਰੋੜਾ ਪਹਿਲਾ ਸਫਾਈ ਦੀ ਦੂਸਰਾ ਅਨੁਸ਼ਾਸਨ ਤੀਸਰਾ ਨਿਜਰ ਤੇ ਸੱਸਾ ਉਪਰਕਤ ਸਾਰੇ ਇਧਾਰ ਸਰੇਗਾ ਉਪਰਕਤ ਸਾਰੇ ਅਗਨੋਮਾ ਸਾਨੂੰ ਹਮੇਸ਼ਾ ਕੀ ਕਰਨਾ ਚਾਹੀਦਾ ਹੈ ਪਹਿਲਾ ਹਰੇਕ ਕੰਮ ਕਾਲੀ ਨਾਲ ਈੜੀ ਹਰੇਕ ਕੰਮ ਦੇਰੀ ਨਾਲ ਤੇ ਸਮੇਂ ਨੂੰ ਅਜਾਈ ਗਵਾਉਣਾ ਤੇ ਸੱਸਾ ਸਮੇਂ ਦੀ ਕਦਰ ਕਰਨੀ ਇਧਾਰ ਸਰੇਗਾ ਸੱਸਾ ਸਮੇਂ ਦੀ ਕਦਰ ਕਰਨੀ ਸਾਦੇ ਅੰਨ ਦਾ ਤਾਂ ਕੋਣ ਹੋਂ ਪਹਿਲਾ ਦੁਕਾਨਦਾਰ ਉਦਯੋਗਿਕ ਤਿਸਾ ਕਿਸਾਨ ਸਸਾਇਨੇ ਵੀ ਚੋਕੀ ਨਹੀਂਦਾ ਸਹ ਇਹਦਾ ਕਿਸਾਨ ਅੱਗੇ 11ਵਾਂ ਸਾਨੂੰ ਬਦਿਆ ਤੋਂ ਕੀ ਸਿੱਖਣ ਤੋਂ ਕੀ ਸਿੱਖਣ ਨੂੰ ਮਿਲਦਾ ਹੈ ਪਹਿਲਾ ਤਜਰਬਾ ਦੂਜਾ ਆੜਾ ਤਿਆਗ ਤੀਸੀ ਮਿਹਨਤ ਸਸਪਰੁਖਤ ਸਾਰੇ ਇਹਨਾਂ ਸਹ ਇਹਦਾ ਉਪਰੁਖਤ ਸਾਰੇ ਅੱਗੇ 12ਵਾਂ ਰੋਸ਼ਨੀ ਦੀ ਲੋੜ ਕਿਸ ਨੂੰ ਹੈ ਪੌਦਿਆਂ ਨੂੰ ਆੜਾ ਜੀ ਬਣ ਕਿਹੜੇ ਪੰਛੀ ਨੂੰ ਇਦਾਂ ਸਹਿਗੋ ਪ੍ਰਕਤ ਸਾਰੇ ਅੱਗੇ 14ਵਾਂ 13ਵਾਂ ਸਾਨੂੰ ਕਿਤੇ ਦੀ ਚੋਣ ਕਿਵੇਂ ਕਰਨੀ ਚਾਹੀਦੀ ਹੈ 13ਵਾਂ ਦਾ ਸਹਿਗਾ ਪਹਿਲਾ ਯੋਗਤਾ ਦੂਸਰਾ ਲਗਨ ਤੀਸਰੀ ਕਾਬਲੀਅਤ ਇਦਾਂ ਸਹਿਗਾ ਪ੍ਰਕਤ ਸਾਰੇ ਅੱਗੇ 14ਵਾਂ ਸੰ ਇਸਾ ਦੇ ਲਈ ਕਿਸ ਤਰ੍ਹਾਂ ਦਾ ਭੋਜਨ ਸਹੀ ਹੈ ਪਹਿਲਾ ਜਿਆਦਾ ਤਲੇ ਭੁੰਨ ਆੜਾ ਈੜੀ ਜਿਆਦਾ ਚਿਕਨਾਈ ਪਾਲਾ ਆਹ ਦਾ ਸੰਤੁਲਿਤ ਭੋਜਨ ਅੱਗੇ ਚੌਥਾ ਉਪਰੋਕਤ ਵਿੱਚੋਂ ਕੋਈ ਨਹੀਂ ਨਾ ਵਿਚ ਹੈਗਾ ਸੰਤੁਲਿਤ ਭੋਜਨ ਅੱਗੇ 15ਵਾਂ ਸਕੂਲ ਦੇ ਨਿਯਮ ਨੂੰ ਸਹੀ ਲਾਗੂ ਕਰਨ ਲਈ ਕਿਸ ਗੱਲ ਦੀ ਲੋੜ ਹੈ ਪਹਿਲਾ ਸੇਮਿਸ ਸਕੂਲਾਂ ਹੁੰਦੀ ਆਣਾ ਸਿਰਫ ਅੱਡੀ ਛੁੱਟੀ ਵੇਲੇ ਕੰਟੀਨ ਜਾਂਦੀ ਜਿਹੜੀ ਲਾਇਬਿਲਿਟੀ ਵਿੱਚ ਸਾਇੰਟਿਫਿਕ ਨਹੀਂ ਰੱਖਣ ਲਈ ਇਹ ਦੱਸ ਰਿਹਾ ਹੈਗਾ ਉਪਰੋਕਤ ਸਾਰੇ ਸਹੀ ਅਤੇ ਗਲਤ ਉੜਾ ਸਾਨੂੰ ਕ੍ਰੀਲੂ ਕਮਾ ਵਿੱਚ ਪਰਿਵਾਰਕ ਮਦਦ ਕਾਲੀ ਚਾਹੀਦੀ ਹੈ ਬਿਲਕੁਲ ਸਹੀ ਆ ਅਗੇ ਦੂਸਰਾ ਜਮਾਤ ਵਿੱਚ ਕੋਈ ਨਾ ਹੋਣ ਤੇ ਪੱਖੇ ਬੰਦ ਕਰ ਦੇਣੇ ਚਾਹੀਦੇ ਹਨ ਆ ਵੀ ਸਹੀ ਆ ਅਗੇ ਅਗੇ ਈੜੀ ਫੈਸਲੇ ਹਮੇਸ਼ਾ ਦਿਲ ਨਾਲ ਲੈਣੇ ਚਾਹੀਦੇ ਹਨ ਆ ਵੀ ਸਹੀ ਆ ਦਾ ਗਲਤਾ ਕਈ ਵਾਰ ਦਿਮਾਗ ਨਾਲ ਵੀ ਸੋਚਣਾ ਪੈਂਦਾ ਕੱਲ ਕੀ ਆ ਅਗੇਗਾ ਸਸਾ ਅਧਿਆਪਕ ਦੇ ਜਮਾਤ ਵਿੱਚ ਆਉਣ ਤੋਂ ਪਹਿਲਾਂ ਜਮਾਤ ਵਿੱਚ ਸ਼ੋਰ ਮਚਾਉਣਾ ਗਲਤ ਉਹ ਕਹ ਗਿਆ ਹਾ ਹਾ ਜੇ ਕਰਾ ਸਿੱਖ ਗੇਲਤ ਦਾਸ ਸਿੱਕਾ ਕੰਨਾ ਸਿੱਖ ਲਈਏ ਤਾਂ ਸਾਡੀ ਕਦਰ ਵੀ ਵੱਧ ਜਾਵੇਗੀ ਆ ਸਹੀ ਆ ਉਹ ਕਹ ਗਿਆ ਖਲੀ ਥਮ ਮੈਂ ਆਪਣੇ ਬੰਦਿਆਂ ਦੀ ਗੱਲ ਡੈਸ਼ ਨਾਲ ਸੁਣਦਾ ਹਾਂ ਪਹਿਲੇ ਤਾਂ ਸਰਾਜੂਆ ਮੈਂ ਲਿਖ ਕੇ ਦਿਖਾਉ ਤੁਹਾਨੂੰ ਧਿਆਨ ਧਿਆਨ ਅਗੇ ਦੂਸਰਾ ਮਾਨਤਾ ਦੀ ਸੇਵਾ ਮਾਨਵਤਾ ਦੀ ਸੇਵਾ ਕਰਨ ਲਈ ਮਾਸੀ ਕਿ ਤਰ੍ਹਾਂ ਦੈਸ਼ ਜਾਂਦਾ ਹੈ ਇਹਦਾ ਸਰਾਜੂਆ ਦੂਰ ਅਗਰ ਤੀਸਰਾ ਜ਼ਿੰਦਗੀ ਵਿੱਚ ਦੈਸ਼ ਹੋਣ ਲਈ ਗਲਤ ਦਸ ਅਧਿਕਾਰ ਕਰਨਾ ਜੋ ਬਹੁਤ ਜ਼ਰੂਰੀ ਹੈ ਇਹਦਾ ਸਹੈਗਾ ਸਫਲ ਸਫਲ ਅਗਰ ਚੌਥਾ ਸਾਨੂੰ ਭੋਜਨ ਅਤੇ ਸਾਨੂੰ ਭੋਜਨ ਅਤੇ ਪਾਣੀ ਦੀ ਸੰਭਾਲ ਦੇchnar ਕਰਨੀ ਚਾਹੀਦੀ ਹੈ ਇਹਦਾ ਸਤਿਆਨ ਪੂਰਵਕ ਤਿਆਨ ਪੂਰਵਕ ਜੇ ਪੰਜਵਾਂ ਜੇ ਗੁੱਸੇ ਤੇ ਕਾਬੂ ਨਾ ਕੀਤਾ ਜਾਵੇ ਤਾਂ ਇਹ डैश ਬੰਗ ਫਟਦਾ ਹੈ ਜਵਲਮੁਖੀ ਜਵਲਾ ਮੁਖੀ ਜਵਲਾ ਮੁਖੀ ਰਿਆਸਨੇ ਅਗਪਾਗ ਨੋਟਸ ਕਵਰੇਜ ਤੋਂ ਤਾਂ ਇਥਾ ਲਿਖੇ ਪ੍ਰੈਸ਼ਰ ਦੇ ਉੱਤਰ 20 ਤੋਂ 25 ਸ਼ਬਦਾਂ ਵਿੱਚ ਦੋ ਪਹਿਲਾ ਕਿਰਤ ਮਨੁੱਖ ਲਈ 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 ਕਿਉਂ ਮਹੱਤਵਪੂਰਨ ਹੈ ਕਿਰਤ ਕਰਨ ਤੋਂ ਭਾਵ ਹੈ ਕਿ ਇਮਾਨਦਾਰੀ ਇਮਾਨਦਾਰੀ ਅਤੇ ਮਿਹਨਤ ਨਾਲ ਕਮਾਈ ਕਰਨਾ ਕਿਰਤ ਕਰਨਾ ਸਾਦੇ ਸਾਦੇ ਕਲ ਤੱਕ ਕਰਨਾਰ ਹੀ ਅਸੀਂ ਆਪਣਾ ਜੀਵਨ ਬਤੀਤ ਕਰ ਸਕਦੇ ਹਾਂ ਦੂਸਰਾ ਰੁੱਖ ਇਨਸਾਨ ਦੇ ਕਿਵੇਂ ਮਿੱਤਰ ਹਨ ਰੁੱਖ ਇਨਸਾਨ ਦੇ ਸੱਚੇ ਮਿੱਤਰ ਹਨ ਰੁੱਖ ਹੀ ਮਨੁੱਖ ਦੀ ਜ਼ਿੰਦਗੀ ਪ੍ਰਦਾਨ ਕਰਦੇ ਹਨ ਰੁੱਖ ਹੀ ਮਨੁੱਖ ਨੂੰ ਹਰ ਕੰਮ ਦੇ ਵਿੱਚ ਕੋਈ ਨਾ ਕੋਈ ਸਹਾਇਤਾ ਕਰਦੇ ਹਨ ਇਸੇ ਤਰ੍ਹਾਂ ਰੁੱਖ ਇਨਸਾਨ ਦੇ ਸੱਚੇ ਮਿੱਤਰ ਹਨ ਈਲੀ ਆਪਣੇ ਹਮਜਾਤੀਆਂ ਨਾਲ ਸਾਧਾ ਬਤੀਰਾ ਕਿਵੇਂ ਹੋਣਾ ਚਾਹੀਦਾ ਹੈ ਸਾਧਾ ਬਤੀਰਾ ਆਪਣੇ ਸਾਥੀਆਂ ਨਾਲ ਪਿਆਰ ਭਰਿਆ ਹੋਣਾ ਚਾਹੀਦਾ ਹੈ ਜੇਕਰ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਜਾਂ ਕੋਈ ਵੀ ਵਸਤੂ ਦੀ ਲੋੜ ਹੈ ਸਾਨੂੰ ਉਸ ਨੂੰ ਦੇਖ ਕੇ ਉਹਦੀ ਸਹਾਇਤਾ ਕਰਨੀ ਚਾਹੀਦੀ ਹੈ ਅੱਗੇ ਸੱਸਾ ਸਮੇਂ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਸਮਾਂ ਕਦੇ ਵੀ ਕਿਸੇ ਲਈ ਨਹੀਂ ਰੁਕਦਾ ਉਹ ਸਦਾ ਚੱਲਦਾ ਰਹਿੰਦਾ ਹੈ ਅੱਗੇ ਹਾ ਸਾਦੇ ਭਾਵਨਾਵਾਂ ਦਾ ਸਾਡੇ ਜੀਵਨ ਵਿੱਚ ਕੀ ਮਹਤਵ ਹੈ ਸਾਡੇ ਜੀਵਨ ਵਿੱਚ ਭਾਵਨਾਵਾਂ ਦਾ ਬਹੁਤ ਹੀ ਮਹਤਵ ਹੈ ਕਿਉਂਕਿ ਭਾਵਨਾਵਾਂ ਹੀ ਮਨੁੱਖ ਇੱਕ ਮਨੁੱਖ ਨੂੰ ਦੂਸਰੇ ਮਨੁੱਖ ਨਾਲ ਜੋੜ ਕੇ ਰੱਖਦੀਆਂ ਨੇ ਅੱਗੇ ਪੰਜਵਾਂ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਕੋਈ ਅਜਿਹਾ ਘਟਨਾ ਦੱਸੋ ਜਦੋਂ ਤੁਸੀਂ ਭਾਵੁਕ ਭਾਵੁਕ ਹੋ ਕੇ ਕੋਈ ਗਲਤ ਫੈਸਲਾ ਲਿਆ ਹੋਵੇ ਤੇ ਬਾਅਦ ਵਿੱਚ ਉਸਦਾ ਨਤੀਜਾ ਕੀ ਭੁਗਤਿਆ ਪਿਆ ਇਹ ਜੋ ਆਪਾਂ ਤੁਹਾਨੂੰ ਕਰਵਾਉਣੇ ਆ ਮਨੁਭਤਾ ਸੇਵਾ ਲਈ ਤੁਸੀਂ ਕਿਹੜੇ-ਕਿਹੜੇ ਜਤਨ ਕਰ ਸਕਦੇ ਹੋ ਆ ਦੂਸਰਾ ਪ੍ਰਸ਼ਨ ਤੀਸਰਾ ਇਮਾਨਦਾਰੀ ਅਤੇ ਸੱਚੇ ਬਣੇ ਰਹਿਣ ਲਈ ਤੁਸੀਂ ਕੀ ਕਰੋਗੇ ਕੋਈ ਪੰਜ ਕੰਮਾਂ ਦੀ ਸੂਚੀ ਬਣਾਓ ਇਹ ਚ ਤੋਂ ਨਵਾਂ ਕੰਮ ਕਰ ਪਹਿਲਾ ਝੂਠ ਨਹੀਂ ਬੋਲੂਗੇ ਆੜਾ ਲੋਕਾਂ ਦੀ ਸਹਾਇਤਾ ਕਰਾਂਗੇ ਈੜੀ ਹੱਕ ਹਲਾਲ ਦੀ ਕਮਾਈ ਕਰੋਗੇ ਚੌਥਾ ਲੋਕ ਨਾਲ ਲੋਕਾਂ ਨਾਲ ਮਿਲ ਜੁੜ ਕੇ ਰਹੋਗੇ ਪੰਜਵਾਂ ਲੋਕਾਂ ਦੇ ਕੰਮਾਂ ਦੀ ਕਦਰ ਕਰੋਗੇ ਅੱਗੇ ਇਸ ਤੇ ਹੈਗਾ ਮਾਨਵਤਾ ਸੇਵਾ ਲਈ ਤੁਸੀਂ ਕਿਹੜੇ-ਕਿਹੜੇ ਯਤਨ ਕਰੋਗੇ ਪਹਿਲਾ ਯਤਨ ਤੁਸੀਂ ਕਿਸੇ ਦਿਨ ਆਪਣੇ ਨਜ਼ਦੀਕ ਦੇ ਬਿਰਲਾਸਨ ਬਿਲਦ ਘਰ ਜਾਂ ਅਨਾਥ ਆਸ਼ਰਮ ਜਾ ਕੇ ਸੇਵਾ ਵਿੱਚ ਹਿੱਸਾ ਪਾ ਸਕਦੇ ਹੋ ਆਹ ਬਤਾਪਨ ਦੀ ਸਵੇਰ ਲਈ ਜਾਗਰੂਕਤਾ ਅਭਿਆਨ ਅਤੇ ਪੌਦੇ ਲਗਾਉਣ ਦੀ ਸੇਵਾ ਕਰ ਸਕਦੇ ਹੋ ਈ ਆਪਣਾ ਖੂਨਦਾਨ ਕਰਕੇ ਤੁਸੀਂ ਕਿਸੇ ਦੀ ਕੀਮਤੀ ਜਾਨ ਬਚਾ ਸਕਦੇ ਹੋ ਚੌਥਾ ਤੁਸੀਂ ਆਪਣੇ ਆਸ-ਪਾਸ ਦੇ ਲੋਕਾਂ 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 ਦੀ ਜ਼ਰੂਰਤ ਮੰਦਾਂ ਲੋਕਾਂ ਦੀ ਅਪਾਰਨ ਸੰਸਥਾ ਵੱਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰ ਸਕਦੇ ਹੋ ਇੰਨੇ ਵਿੱਚ ਤੁਸੀਂ ਦੋ ਕਰਨੇ ਸੀ ਤੁਹਾਨੂੰ ਦੋ ਕਰਵਾ ਦਿੱਤੇ ਹਨ ਅੱਗੇ ਚਲੋ ਕੋਈ ਇੱਕ ਪ੍ਰਸ਼ਨ ਦਾ ਉੱਤਰ ਦਿਓ ਨਿਯਮਾਂ ਤੋਂ ਬਿਨਾਂ ਸਕੂਲ ਦੀ ਕੀ ਤਸਵੀਰ ਹੋਵੇਗੀ ਤੁਸੀਂ ਇਸ ਤੁਸੀਂ ਇਸ ਦੇ ਸੁਧਾਰ ਲਈ ਕੀ ਕਰੋਗੇ ਆਪਾਂ ਆਹੀ ਕਰ ਸਕਦੇ ਆ ਪਹਿਲਾ ਕਰ ਲੈਣਾ ਸਕੂਲ ਦੇ ਵਿੱਚ ਅਨੁਸ਼ਾਸਨ ਨਹੀਂ ਹੋਵੇਗਾ ਜੇਕਰ ਅਨੁਸ਼ਾਸਨ ਨਹੀਂ ਹੋਵੇਗਾ ਕੋਈ ਵੀ ਕਮ ਸਮੇਂ ਸਿਰ ਨਹੀਂ ਹੋਵੇਗਾ ਕੋਈ ਵੀ ਬੱਚਾ ਦੇ ਆਪਦਾ ਕਹਿਣਾ ਨਹੀਂ ਮੰਨੇਗਾ ਸਕੂਲ ਦਾ ਕੋਈ ਹਾਲ ਨਹੀਂ ਰਹਿ ਜਾਵੇਗਾ ਇਸੇ ਦੇ ਸੁਧਾਰ ਲਈ ਅਸੀਂ ਸਕੂਲ ਦੇ ਵਿੱਚ ਅਨੁਸ਼ਾਸਨ ਲਗਾਵਾਂਗੇ ਬੱਚਿਆਂ ਦਾ ਜੋ ਸਕੂਲ ਤੇ ਆਉਂਦਾ ਟਾਈਮ ਫਿਕਸ ਕਰਾਂਗੇ ਰਾਇਬਲਟੀ ਵਿੱਚ ਚੁਪ ਕਰਕੇ ਬੱਚੇ ਨੂੰ ਬਿਠਾਵਾਂਗੇ ਤੇ ਬੱਚਿਆਂ ਤੇ ਉਹਨਾਂ ਤੇ ਪਹਿਲਾਂ ਰੱਖਾਂਗੇ ਜੇਕਰ ਕੋਈ ਬੱਚਾ ਕੋਈ ਸ਼ਰਤ ਤੱਕ ਕਰਦਾ ਉਹਨੂੰ ਸਜ਼ਾ ਦੇਵਾਂਗੇ ਤੇ ਜੇ ਜੇਕਰ ਕੋਈ ਬੱਚਾ ਪੜ੍ਹ ਨਹੀਂ ਰਿਹਾ ਤਾਂ ਉਹਨੂੰ ਪੜਾਉਣ ਪੜਨ ਲਈ ਕਹਾਂਗੇ ਇਹ ਵੀ ਪਸੇ ਤੋਂ ਹਰ ਦੱਸ ਤਾ ਨੂੰ ਫੁੱਲ ਸੋਲਵਡ ਕਰਵਾ ਦਿੱਤਾ ਹੈ ਜੇਕਰ ਤੁਹਾਨੂੰ ਆਪਣੀ ਇਹ ਵੀਡੀਓ ਬਧੀ ਲੱਗੀ ਹੋਵੇ ਤਾਂ ਆਪਣਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਨੋਟੀਫਿਕੇਸ਼ਨ ਆਨ ਤੇ ਸੈੱਟ ਕਰ ਲਓ ਤੇ ਆਪਾਂ ਫਿਰ ਮਿਲਾਂਗੇ ਅਗਲੀ ਵੀਡੀਓ ਚ ਥੈਂਕਸ ਫੋਰ ਵਾਚਿੰਗ ਐਂਡ ਪਲੀਜ਼ ਸਬਸਕ੍ਰਾਈਬ ਟੂ ਮਾਈ YouTube ਚੈਨਲ